Hey guys, subscribe and press the bell icon to never miss a video from Gabru. ਅੱਜ ਗੱਲ ਕਰਦੇ ਆ ਸਾਡੀ ਪੰਜਾਬੀ ਇੰਡਸਟਰੀ ਦੇ ਉਸ ਆਰਟਿਸਟ ਦੀ ਜਿਨ੍ਹਾਂ ਦੀਆਂ ਗੱਲਾਂ ਬੜੀਆਂ ਉੱਚੀਆਂ ਨੇ ਅਤੇ ਸਿਰ ਉੱਪਰੋਂ ਫਲਾਈ ਕਰਕੇ ਲੰਘਦੀਆਂ ਨੇ ਅਤੇ ਜੇ ਗੱਲ ਕਰੀਏ ਉਹਨਾਂ ਦੀ ਏਜ ਦੀ ਤਾਂ ਉਹ ਹੈ ਤਾਂ ਬੜੇ ਯੰਗ ਨੇ ਪਰ ਉਹਨਾਂ ਦਾ ਨਾਮ ਲੈਜੜਾ ਦੇ ਵਿੱਚ ਆਉਂਦਾ ਹੈ। ਜੀ ਹਾਂ, ਮੈਂ ਗੱਲ ਕਰ ਰਿਹਾ ਸਾਡੀ ਪੰਜਾਬੀ ਇੰਡਸਟਰੀ ਦੇ ਕੈਂਟ ਸਿੰਗਰ ਸਿੱਧੂ ਮੂਸੇਵਾਲੇ ਦੀ। ਤੇ ਹੁਣ ਸਿੱਧੂ ਮੂਸੇਵਾਲਾ ਦੇ ਫੈਨਸ ਲਈ ਇੱਕ ਨਵੀਂ ਖਬਰ ਇਹ ਹੈ ਕਿ ਉਹ ਆਪਣੇ ਫੈਨਸ ਲਈ ਇੱਕ ਨਵਾਂ ਗਾਣਾ ਲੈ ਕੇ ਆ ਰਹੇ ਨੇ। ਜੀ ਹਾਂ, ਇਸ ਗੱਲ ਦੀ ਇਨਫੋਰਮੇਸ਼ਨ ਸਾਨੂੰ ਉਹਨਾਂ ਦੇ ਆਫੀਸ਼ੀਅਲ ਇੰਸਟਾਗ੍ਰਾਮ ਦੀ ਇੱਕ ਸਟੋਰੀ ਤੋਂ ਮਿਲੀ ਜਿੱਥੇ ਉਹਨਾਂ ਨੇ ਆਪਣੇ ਆਉਣ ਵਾਲੇ ਨਵੇਂ ਗਾਣੇ ਦੀ ਅਨਾਊਂਸਮੈਂਟ ਕੀਤੀ। ਸੋ ਤੁਹਾਨੂੰ ਵੀ ਦਿਖਾਉਂਦੇ ਉਹਨਾਂ ਦੀ ਇਹ ਸਟੋਰੀ। ਸੋ ਜੇ ਗੱਲ ਕਰੀਏ ਇਸ ਆਉਣ ਵਾਲੇ ਨਵੇਂ ਸੌਂਗ ਦੀਆਂ ਡਿਟੇਲਸ ਦੀ ਤਾਂ ਜਿਸ ਤਰ੍ਹਾਂ ਉਹਨਾਂ ਨੇ ਆਪਣੀ ਸਟੋਰੀ ਦੇ ਵਿੱਚ ਲਿਖਿਆ ਹੈ ਤੁਸੀਂ ਭੁੱਲ ਜਾਓ, ਤਾਂ ਹੋ ਸਕਦਾ ਉਹਨਾਂ ਦੇ ਇਸ ਆਉਣ ਵਾਲੇ ਨਵੇਂ ਗਾਣੇ ਦਾ ਟਾਈਟਲ ਹੋਵੇ ਤੁਸੀਂ ਭੁੱਲ ਜਾਓ। ਖੈਰ, ਬਾਕੀ ਇਹ ਕਨਫਿਊਜ਼ਨ ਤਾਂ ਸਾਡੀ ਉਦੋਂ ਹੀ ਦੂਰ ਹੋਵੇਗੀ ਜਦੋਂ ਉਹਨਾਂ ਵੱਲੋਂ ਕੋਈ ਆਫੀਸ਼ੀਅਲ ਅਨਾਊਂਸਮੈਂਟ ਕਰ ਦਿੱਤੀ ਜਾਵੇਗੀ। ਸੋ ਜਿਸ ਤਰ੍ਹਾਂ ਉਹਨਾਂ ਨੇ ਸਟੋਰੀ ਦੇ ਵਿੱਚ ਬਿਗ ਬਰਡ ਨੂੰ ਟੈਗ ਕੀਤਾ ਤਾਂ ਇਹ ਤਾਂ ਕਲੀਅਰ ਹੈ ਕਿ ਉਹਨਾਂ ਦੇ ਇਸ ਆਉਣ ਵਾਲੇ ਸੌਂਗ ਦਾ ਮਿਊਜ਼ਿਕ ਬਿਗ ਬਰਡ ਵੱਲੋਂ ਕੀਤਾ ਜਾ ਰਿਹਾ ਹੈ। ਸੋ ਸਿੱਧੂ ਮੂਸੇਵਾਲਾ ਨੇ ਆਪਣੇ ਫੈਨਸ ਦੇ ਨਾਲ ਇਸ ਸੌਂਗ ਨੂੰ ਲੈ ਕੇ ਕੋਈ ਜ਼ਿਆਦਾ ਡਿਟੇਲ ਤਾਂ ਨਹੀਂ ਸ਼ੇਅਰ ਕਰੀ, ਬਸ ਉਹਨਾਂ ਨੇ ਇਹੀ ਦੱਸਿਆ ਕਿ ਆਪਣੇ ਫੈਨਸ ਦੇ ਲਈ ਆਪਣੇ ਇਸ ਆਉਣ ਵਾਲੇ ਨਵੇਂ ਗਾਣੇ ਦੀ ਵੀਡੀਓ ਲੈ ਕੇ ਜਲਦੀ ਰੂਬਰੂ ਹੋਣਗੇ। ਇਸ ਤੋਂ ਇਲਾਵਾ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹ ਆਪਣੇ ਇੱਕ ਗਾਣੇ ਨੂੰ ਲੈ ਕੇ ਪਿਛਲੇ ਕਾਫੀ ਦਿਨਾਂ ਤੋਂ ਵਿਵਾਦਾਂ ਵਿੱਚ ਨੇ, ਤਾਂ ਹੋ ਸਕਦਾ ਉਹਨਾਂ ਦਾ ਇਹ ਸੌਂਗ ਉਹ ਸਾਰੇ ਮਸਲੇ ਦਾ ਰਿਪਲਾਈ ਹੋਵੇ। ਬਾਕੀ ਇਹ ਕਨਫਿਊਜ਼ਨ ਵੀ ਸਾਡੀ ਉਦੋਂ ਹੀ ਦੂਰ ਹੋਵੇਗੀ ਜਦੋਂ ਇਹ ਗਾਣਾ ਸਾਨੂੰ ਸੁਣਨ ਨੂੰ ਮਿਲ ਜਾਵੇਗਾ। ਇਸ ਤੋਂ ਇਲਾਵਾ ਜੇ ਗੱਲ ਕਰੀਏ ਸਿੱਧੂ ਮੂਸੇਵਾਲਾ ਦੀ ਐਕਟਿੰਗ ਦੀ, ਤਾਂ ਉਹਨਾਂ ਨੇ ਹਾਲ ਹੀ ਦੇ ਵਿੱਚ ਆਈ ਆਪਣੀ ਮੂਵੀ ਤੇਰੀ ਮੇਰੀ ਜੋੜੀ ਦੇ ਵਿੱਚ ਆਪਣੀ ਐਕਟਿੰਗ ਦੇ ਨਾਲ ਆਪਣੇ ਫੈਨਸ ਨੂੰ ਖੂਬ ਖੁਸ਼ ਕੀਤਾ ਹੈ। ਇਸ ਤੋਂ ਇਲਾਵਾ ਉਹ ਆਪਣੀ ਆਉਣ ਵਾਲੀ ਇੱਕ ਹੋਰ ਨਵੀਂ ਮੂਵੀ ਜਿਸਦਾ ਨਾਮ ਹੈ ਆਈ ਐਮ ਸਟੂਡੈਂਟ ਦੀ ਵੀ ਸ਼ੂਟਿੰਗ ਸ਼ੁਰੂ ਕਰ ਚੁੱਕੇ ਨੇ, ਤੇ ਸਾਨੂੰ ਪੂਰੀ ਉਮੀਦ ਹੈ ਕਿ ਉਹ ਆਪਣੀ ਇਸ ਆਉਣ ਵਾਲੀ ਨਵੀਂ ਮੂਵੀ ਦੇ ਨਾਲ ਵੀ ਆਪਣੇ ਫੈਨਸ ਦੀਆਂ ਉਮੀਦਾਂ ਉੱਪਰ ਖਰੇ ਉਤਰਨਗੇ। ਇਸ ਤੋਂ ਇਲਾਵਾ ਜੇ ਗੱਲ ਕਰੀਏ ਸਿੱਧੂ ਮੂਸੇਵਾਲਾ ਦੀ ਸਿੰਗਿੰਗ ਦੀ, ਤਾਂ ਉਹਨਾਂ ਨੇ ਸਾਡੀ ਪੰਜਾਬੀ ਇੰਡਸਟਰੀ ਨੂੰ ਬੜੇ ਥੋੜੇ ਟਾਈਮ ਦੇ ਵਿੱਚ ਬੜੇ ਸੁਪਰਹਿੱਟ ਸੌਂਗ ਦਿੱਤੇ ਨੇ, ਤੇ ਜੇ ਗੱਲ ਕਰੀਏ ਉਹਨਾਂ ਦੇ ਸੁਪਰਹਿੱਟ ਸੌਂਗ ਦੀ ਤਾਂ ਉਹਨਾਂ ਵਿੱਚ ਨਾਮ ਆਉਂਦਾ ਹੈ ਜਿਵੇਂ ਕਿ ਸੇਮ ਵਿਫ ਲੈਜੈਂਡ, ਸੋਹਣੇ ਲੱਗਦੇ, ਇਟਸ ਆਲ ਅਬਾਊਟ ਯੂ ਅਤੇ ਕਈ ਹੋਰ। ਤੇ ਹੁਣ ਸਾਨੂੰ ਤਾਂ ਪੂਰੀ ਉਮੀਦ ਹੈ ਕਿ ਜਿਸ ਤਰ੍ਹਾਂ ਅੱਜ ਤੱਕ ਉਹਨਾਂ ਨੇ ਆਪਣੇ ਹਰ ਇੱਕ ਪ੍ਰੋਜੈਕਟ ਦੇ ਨਾਲ ਆਪਣੇ ਫੈਨਸ ਨੂੰ ਖੁਸ਼ ਕੀਤਾ ਹੈ, ਉਹ ਆਪਣੇ ਇਸ ਆਉਣ ਵਾਲੇ ਨਵੇਂ ਸੌਂਗ ਦੇ ਨਾਲ ਵੀ ਆਪਣੇ ਫੈਨਸ ਦੀਆਂ ਉਮੀਦਾਂ ਉੱਪਰ ਖਰੇ ਉਤਰਨਗੇ। ਤੇ ਨਾਲ ਹੀ ਸਾਨੂੰ ਤਾਂ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਵੀ ਹੈ ਇਸ ਸੌਂਗ ਨੂੰ ਸੁਣਨ ਦਾ। ਬਾਕੀ ਤੁਸੀਂ ਕਿੰਨੇ ਐਕਸਾਈਟਿਡ ਹੋ ਸਾਨੂੰ ਨੀਚੇ ਤੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ, ਤੇ ਨਾਲ ਹੀ ਕਮੈਂਟ ਕਰਕੇ ਇਹ ਵੀ ਦੱਸਣਾ ਕਿ ਤੁਹਾਡਾ ਸਭ ਤੋਂ ਫੇਵਰੇਟ ਗਾਣਾ ਸਿੱਧੂ ਮੂਸੇਵਾਲਾ ਦਾ ਕਿਹੜਾ ਹੈ, ਅਤੇ ਇਸ ਤਰ੍ਹਾਂ ਦੇ ਹੋਰ ਅਪਡੇਟਸ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ gabru.com ਤੇ ਨੀਚੇ ਤੇ ਬੈਲ ਆਈਕਨ ਨੂੰ ਨੋਟੀਫਿਕੇਸ਼ਨ ਦੇ ਲਈ ਦਬਾਉਣਾ ਨਾ ਭੁੱਲਣਾ। ਬਹੁਤ ਇੰਪੋਰਟੈਂਟ ਸੂਚਨਾ ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ, ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗਬਰੂ ਲਾਈਵ ਟੀਵੀ ਦੇਖਣ ਵਾਸਤੇ ਇਹ ਹੈ ਗਬਰੂ ਦੀ ਮੋਬਾਈਲ ਐਪ। ਹੁਣੇ ਇੰਸਟਾਲ ਕਰੋ ਗਬਰੂ ਐਪ, ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰ